ਮੈਨੂੰ 6-7 ਸਾਲ ਤੋਂ ਪੱਥਰੀ ਦੀ ਪ੍ਰੋਬਲਮ ਸੀ ਪਿੱਤੇ ਦੀ, ਇਸ ਕਰਕੇ ਮੈਂ ਕੰਸਲਟ ਕੀਤਾ ਡਾਕਟਰ ਅਮਰਜੀਤ ਦੇ ਕੋਲ। ਉਹਨਾਂ ਨੇ ਮੈਨੂੰ ਸਟਾਰ ਹੋਸਪਿਟਲ ਭੇਜਿਆ ਇੱਥੇ, ਡਾਕਟਰ ਜਸਵੀਰ ਸਿੰਘ ਆਹਲੂਵਾਲੀਆ ਦੇ ਕੋਲ। ਇੱਥੇ ਆਣ ਕੇ ਪੱਥਰੀ ਦਾ ਦੂਰਬੀਨ ਦੇ ਥਰੂ ਮੇਰਾ ਇਲਾਜ ਕੀਤਾ ਇਹਨਾਂ ਨੇ, ਔਰ ਮੈਨੂੰ ਕੋਈ ਪ੍ਰੋਬਲਮ ਨਹੀਂ। ਮੇਰਾ ਨਾਂ ਗੁਰਦੀਪ ਸਿੰਘ ਹੈ, ਮੈਂ ਭੋਗਪੁਰ ਦਾ ਰਹਿਣ ਵਾਲਾ ਹਾਂ। ਮੈਨੂੰ 6-7 ਸਾਲ ਤੋਂ ਪੱਥਰੀ ਦੀ ਪ੍ਰੋਬਲਮ ਸੀ ਪਿੱਤੇ ਦੀ, ਅਤੇ ਮੈਂ ਬਹੁਤ ਜਗ੍ਹਾ ਗਿਆ, ਮੈਨੂੰ ਕੋਈ ਕਿਤੇ ਕੋਈ ਚੰਗੇ ਸੈਟਿਸਫੈਕਸ਼ਨ ਨਹੀਂ ਮਿਲਿਆ, ਇਸ ਕਰਕੇ ਮੈਂ ਕੰਸਲਟ ਕੀਤਾ ਡਾਕਟਰ ਅਮਰਜੀਤ ਦੇ ਕੋਲ। ਉਹਨਾਂ ਨੇ ਮੈਨੂੰ ਸਟਾਰ ਹੋਸਪਿਟਲ ਭੇਜਿਆ ਇੱਥੇ, ਡਾਕਟਰ ਜਸਵੀਰ ਸਿੰਘ ਆਹਲੂਵਾਲੀਆ ਦੇ ਕੋਲ। ਇੱਥੇ ਆਣ ਕੇ ਪੱਥਰੀ ਦਾ ਦੂਰਬੀਨ ਦੇ ਥਰੂ ਮੇਰਾ ਇਲਾਜ ਕੀਤਾ ਇਹਨਾਂ ਨੇ, ਔਰ ਮੈਨੂੰ ਕੋਈ ਪ੍ਰੋਬਲਮ ਨਹੀਂ, ਕੋਈ ਮੁਸ਼ਕਲ ਨਹੀਂ, ਕਿਸੇ ਟਾਈਪ ਦਾ ਕੋਈ ਤਕਲੀਫ ਨਹੀਂ, ਕੋਈ ਦਰਦ ਨਹੀਂ ਹੋਇਆ। ਨੈਕਸਟ ਡੇ ਮੈਨੂੰ ਛੁੱਟੀ ਦੇ ਦਿੱਤੀ ਇਹਨਾਂ ਨੇ, ਔਰ ਛੁੱਟੀ ਕਰਨ ਤੋਂ ਬਾਅਦ ਵਿੱਚ ਕੋਈ ਪ੍ਰੋਬਲਮ ਨਹੀਂ। ਮੈਂ ਹਰ ਚੀਜ਼ ਖਾਣਾ ਖਾਧਾ ਔਰ ਵਾਕਿੰਗ ਵੀ ਕਰਦਾ ਰਿਹਾ, ਔਰ ਬਾਅਦ ਵਿੱਚ ਆਣ ਕੇ 5 ਦਿਨਾਂ ਤੋਂ ਬਾਅਦ ਮੈਨੂੰ ਇਹਨਾਂ ਨੇ ਚੈੱਕਅਪ ਕੀਤਾ, ਬਿਲਕੁਲ ਠੀਕ ਠਾਕ ਰਹੀ। ਅਗਰ ਕਿਸੇ ਨੂੰ ਕੋਈ ਪੱਥਰੀ ਦੀ ਪ੍ਰੋਬਲਮ ਆਏ ਜਾਂ ਕੋਈ ਹੋਰ ਵੀ ਕੋਈ, ਉਹ ਇੱਥੇ ਆਉਣ, ਸਟਾਰ ਹੋਸਪਿਟਲ ਹੁਣ ਇੱਥੇ, ਔਰ ਇਹ ਤੁਹਾਨੂੰ ਇਲਾਜ ਬਹੁਤ ਵਧੀਆ ਕਰਦੇ ਆ, ਬਹੁਤ ਕੋਪਰੇਟਿਡ ਹੈਗੇ ਆ, ਔਰ ਇਹ ਤੁਹਾਨੂੰ ਸਾਰਾ ਹੀ ਕੁਛ ਵੀ ਜੋ ਵੀ ਹੈ ਕੇਅਰ ਬਹੁਤ ਚੰਗੀ ਕਰਦੇ ਆ।